ओम शांति ਅੱਜ ਸਣ 6 8 2022 ਦੇ ਸਾਕਾਰ ਬਾਪ ਦਾਦਾ ਜੀ ਦੇ ਮਹਾਵਾਕ ਅੱਜ ਬਾਪ ਦਾਦਾ ਜੀ ਨੇ ਆਖਿਆ ਮਿੱਠੇ ਬੱਚੇ ਗਿਆਨ ਸਾਗਰ ਬਾਪ ਅਤੇ ਬ੍ਰਹਮਪutra ਨਦੀ ਦਾ ਇਹ ਸੰਗਮ ਈਰੇ ਜੇ ਆਹੇ ਇੱਥੇ ਤੁਸੀਂ ਬੱਚੇ ਆਨੇ ਹੋ ਕੋੜੀ ਤੋਂ ਈਰੇ ਜਿਆ ਬੰਨਣ ਵਾਸਤੇ ਅੱਜ ਦਾ ਪ੍ਰਸ਼ਨ ਹੈਗਾ ਸਤਯੁਗੀ ਰਾਜਧਾਨੀ ਦੀ ਸਥਾਪਨਾ ਕਦੋਂ ਅਤੇ ਕਿਵੇਂ ਹੋਵੇਗੀ ਅੱਜ ਬਾਪ ਦਾਦਾ ਜੀ ਨੇ ਉੱਤਰ ਦਿੱਤਾ ਜਦੋਂ ਸਾਰੀ ਪਤਿਤ ਸ੍ਰਿਸ਼ਟੀ ਦੀ ਸਫਾਈ ਹੋ ਜਾਵੇਗੀ ਅਤੇ ਪੁਰਾਣੀ ਸ੍ਰਿਸ਼ਟੀ ਦਾ ਵਿਨਾਸ਼ ਹੋ ਜਾਵੇਗਾ ਤਾਂ ਸਤਯੁਗੀ ਰਾਜਧਾਨੀ ਦੀ ਸਥਾਪਨਾ ਹੋਵੇਗੀ ਉਸ ਤੋਂ ਪਹਿਲਾਂ ਤੁਹਾਨੂੰ ਤਿਆਰ ਹੋਣਾ ਸੰ ਪਾਵਨ ਬਣਨਾ ਸੰ ਨਵੀਂ ਰਾਜਾਨੀ ਦਾ ਸੰਮਤ ਤਾਂ ਹੀ ਸ਼ੁਰੂ ਹੋਵੇਗਾ ਜਦੋਂ ਇੱਕ ਵੀ ਪਤਿਤ ਨਹੀਂ ਰਹੇਗਾ ਇੱਥੇ ਤਾਂ ਸੰਮਤ ਸ਼ੁਰੂ ਹੁੰਦਾ ਏ ਭਲ ਰਾਦੇ ਕ੍ਰਿਸ਼ਨ ਦਾ ਜਨਮ ਹੋ ਜਾਵੇ ਲੇਕਿਨ ਉਸ ਸਮਾਂ ਵੀ ਸਤਿਯੁਗ ਨਹੀਂ ਆਖਾਂਗੇ ਜਦੋਂ ਲక్ష్ਮੀ ਨਾਰਾਇਣ ਦੇ ਰੂਪ ਵਿੱਚ ਉਹ ਰਾਜ ਗੱਦੀ ਉੱਤੇ ਬੈੰਦੇ ਸਨ ਤਾਂ ਨਵਾਂ ਸੰਮਤ ਸ਼ੁਰੂ ਹੁੰਦਾ ਏ ਤਾਂ ਤੱਕ ਆਤਮਾਵਾਂ ਆਂਦੀਆਂ ਰਹਿੰਦੀਆਂ ਨੇ ਇਹ ਸਾਰੀਆਂ ਵਿਚਾਰ ਸਾਗਰ ਮੰਥਨ ਕਰਨ ਦੀਆਂ ਗੱਲਾਂ ਨੇ ਅੱਜ ਦਾ ਗੀਤ ਹੈਗਾ ਅਯੋਪਹਾਰ ਹਨ ਓਮ ਸ਼ਾਂਤੀ ਇਹ ਬੱਚੇ ਕਿੱਥੋਂ ਆਏ ਹੋਏ ਸਨ ਕਿੱਥੇ ਆਏ ਨੇ ਗਿਆਨ ਸਾਗਰ ਦੇ ਕੰਠੇ ਤੇ ਆਏ ਨੇ ਵੈਸੇ ਤੇ ਹਾਂ ਰਹਿੰਦੇ ਗਿਆਨ ਗੰਗਾ ਦੇ ਕੰਠੇ ਤੇ ਨੇ ਹੁਣ ਆਏ ਸਨ ਗਿਆਨ ਸਾਗਰ ਦੇ ਕੰਠੇ ਤੇ ਕੋਣ ਆਏ ਸਣ ਗਿਆਨ ਗੰਗਾ માં ਆਇਆਂ ਸਣ ਕੀ ਬਣਨ ਲਈ ਆਏ ਸਣ ਕੋੜੀ ਤੋਂ ਈ ਰੇਜਿਆ ਬਣਨ ਦੇ ਲਈ ਆਏ ਸਣ ਕੰਗਾਲ ਤੋਂ ਸਿਰਤਾਜ ਬਣਨ ਦੇ ਲਈ ਆਏ ਸਣ ਬ੍ਰਹਮਾ ਸਣ ਬ੍ਰਹਮ ਪੁੱਤਰਾ ਅਤੇ ਸ਼ਿਵ ਸਣ ਗਿਆਨ ਸਾਗਰ ਔਰ ਇਹ ਸਣ ਬ੍ਰਹਮ ਪੁੱਤਰਾ ਨਦੀ ਬੱਚੇ ਤੇ ਬੱਚੇ ਤੇ ਸਾਰੇ ਸਣ ਬ੍ਰਹਮਾ ਵਰਦ ਸ਼ਿਵ ਤੁਸੀਂ ਉਹ ਪੋਤਰੇ ਅਤੇ ਪੋਤਰੀਆਂ ਕਲਕੱਤਾ ਵਿੱਚ ਸਾਗਰ ਅਤੇ ਨਦੀ ਦਾ ਵੱਡਾ ਭਾਰੀ ਮੇਲਾ ਲਗਦਾ ਏ ਉੱਥੇ ਗੰਗਾ ਬ੍ਰਹਮਪutra ਤੇ ਸਾਗਰ ਮਿਲਦੇ ਸਨ ਬ੍ਰਹਮਪutra ਵਿੱਚ ਫਿਰ ਹੋਰ ਨਦੀਆਂ ਵੀ ਮਿਲਦੀਆਂ ਸਨ ਮੁੱਖ ਹੈ ਬ੍ਰਹਮਪutra ਅਤੇ ਸਾਗਰ ਦਾ ਸੰਗਮ ਉਸ ਨੂੰ ਹੀ ਆਖਦੇ ਸਨ ਡਾਇਮੰਡ ਇਹ ਨਾਮ ਅੰਗਰੇਜ਼ੀ ਵਿੱਚ ਰੱਖਦੇ ਸਨ ਅਰਥ ਕੁਝ ਵੀ ਨਹੀਂ ਸਮਝਦੇ ਨਾਮ ਸਿਰਫ ਇਹੋ ਜੇ ਰੱਖ ਦਿੰਦੇ ਸਨ ਬਾਪ ਸਾਰੀਆਂ ਗੱਲਾਂ ਅਰਥ ਸਹਿਤ ਸਮਝਾਉਂਦੇ ਸਨ ਤੁਸੀਂ ਹੁਣ ਆਏ ਹੋ ਇਸ ਸਮਾਂ ਬ੍ਰਹਮਪੁੱਤਰਾ ਅਤੇ ਗਿਆਨ ਸਾਗਰ ਦੇ ਸੱਮੁਖ ਉੱਥੇ ਤਾਂ ਸਾਗਰ ਦੇ ਸਾਹਮਣੇ ਜਾਂਦੇ ਸਨ ਤਾਂ ਹੀ ਰਬਣਨ ਦੇ ਲਈ ਪਰੰਤੂ ਹੀਰੋ ਬਣਨ ਦੇ ਬਦਲੇ ਪੱਥਰ ਬਣ ਜਾਂਦੇ ਸਨ ਕਿਉਂਕਿ ਉਹ ਸਣ ਭਗਤੀ ਮਾਰਗ ਇਹ ਸਣ ਸੰਗਮ ਆਤਮਾ 와 ਅਤੇ ਪਰਮਾਤਮਾ ਦਾ ਸੰਗਮ ਦੋਵੇਂ ਇਕੱਠੇ ਸਨ ਉਹ ਜੜ ਚਿੱਤਰ ਸਨ ਇਹ ਚੇਤਨ ਵਿੱਚ ਬੈਠੇ ਸਨ ਇੱਥੇ ਤਾਂ ਕਿੱਥੇ ਵੀ ਇੱਥੋਂ ਤੁਸੀਂ ਕਿੱਥੇ ਵੀ ਜਾ ਨਹੀਂ ਸਕਦੇ ਤਾਂ ਬੱਚਿਆਂ ਨੂੰ ਹਮੇਸ਼ਾ ਇਹ ਸਮਝਣਾ ਚਾਹੀਦਾ ਹੈ ਕਿ ਅਸੀਂ ਬ੍ਰਹਮਪੁੱਤਰਾ ਅਤੇ ਸਾਗਰ ਦੋਵੇਂ ਇਕੱਠੇ ਹੁਣ ਚੇਤਨ ਵਿੱਚ ਸਨ ਉਹਨਾਂ ਦੇ ਸਾਹਮਣੇ ਬੈਠੇ ਹਾਂ ਅਸੀਂ ਹੀਰੇ ਜਿਹਾ ਬਣਨ ਵਾਸਤੇ ਇੱਥੇ ਆਏ ਹਾਂ ਹੀਰਾ ਬਣਨ ਦਾ ਹੀ ਇਹ ਸੰਗਮ ਹੈਗਾ ਤੁਸੀਂ ਹੀਰਾ ਜਿਹਾ ਬਣਦੇ ਹੋ ਇਹ ਸਣ ਬ੍ਰਹਮਪutra ਅਤੇ ਅਡੌਪਟਿਡ ਗਿਆਨ ਗੰਗਾਵਾ ਇਹ ਨਦੀਆਂ ਵੀ ਅਣਗਣਿਤ ਸਨ ਇਸ ਗਿਆਨ ਨਦੀਆਂ ਦਾ ਅੰਤ ਵੀ ਨਹੀਂ ਪਾਇਆ ਜਾ ਸਕਦਾ ਸਾਗਰ ਤੋਂ ਨਦੀਆਂ ਐਵੇਂ ਨਿਕਲਦੀਆਂ ਸਨ ਪਹਿਲਾਂ ਤਾਂ ਬ੍ਰਹਮਪutra ਹੀ ਨਿਕਲੇਗੀ ਉਸ ਤੋਂ ਬਾਅਦ ਫਿਰ ਛੋਟੀ ਛੋਟੀ ਨਦੀਆਂ ਨਿਕਲਦੀਆਂ ਰਹਿੰਦੀਆਂ ਸਨ ਤੁਸੀਂ ਜਾਣਦੇ ਹੋ ਨੰਬਰ ਵਾਰ ਪ੍ਰਚਾਰਤ ਅਨੁਸਾਰ ਕੋਈ ਵੱਡੇ ਸਨ ਤਾਂ ਕੋਈ ਛੋਟੇ ਵੀ ਸਨ ਇੱਥੇ ਸਭ ਮਨੋੱਖਾਂ ਨੂੰ ਹੀਰੇ ਜਿਹਾ ਬਣਾਉਂਦੇ ਸਨ ਐਵੇਂ ਨਹੀਂ ਆਖਾਂਗੇ ਕਿ ਸੂर्यवंशी ਹੀ ਮਹਾਰਾਜਾ ਮਹਾਰਾਣੀ ਬਣਨਗੇ ਨਹੀਂ ਇਥਾ ਰਾਜਾ ਰਾਣੀ tatha ਪ੍ਰਜਾ ਸਾਰੇ ਹੀ ਹੀਰੇ ਜੇ ਹੋਣਗੇ ਤੁਸੀਂ ਸਭ ਦਾ ਜੀਵਨ ਹੀਰੇ ਜਿਹਾ ਬਣ ਜਾਂਦਾ ਏ ਜਿਹੜੇ ਸਵਰਗ ਦੇ ਲਈ ਥੋੜਾ ਵੀ ਪੁਰਸ਼ਾਰਥ ਕਰਨਗੇ ਉਹਨ ਸਭ ਨੂੰ ਹੀਰਾ ਹੀ ਆਖਦੇ ਸਨ ਐ ਬ੍ਰਹਮਪੁੱਤਰਾ ਨਦੀ ਅਤੇ ਸਾਗਰ ਹੁਣ ਦੋਵੇਂ ਇਕੱਠੇ ਰਹਿੰਦੇ ਸਨ ਤੁਸੀਂ ਬੱਚੇ ਜਦੋਂ ਆਂਦੇ ਹੋ ਤਾਂ ਅੰਦਰ ਵਿੱਚ ਤੁਸੀਂ ਇਹ ਜਾਣਦੇ ਹੋ ਅਸੀਂ ਬਾਪ ਦਾਦਾ ਦੇ ਕੋਲ ਆਏ ਹਾਂ ਬਾਪ ਗਿਆਨ ਦਾ ਸਾਗਰ ਸਨ ਫਿਰ ਪਰਵੇਸ਼ ਕਰਦੇ ਸਨ ਐਸ ਬ੍ਰਹਮਪੁੱਤਰਾ ਅਰਥਾਤ ਬ੍ਰਹਮਾ ਵਿੱਚ ਐਨ ਦੁਆਰਾ ਸਾਨੂੰ ਹੀ ਰਾਜੇ ਹਾ ਬਣਾਉਂਦੇ ਸਨ ਹੁਣ ਤਾਂ ਜਿੰਨਾ ਪੁਰਸ਼ਾਰਤ ਕਰ ਸ਼੍ਰੀਮਤ ਤੇ ਚੱਲਾਂਗੇ ਉੰਨਾ ਹੀ ਤੁਸੀਂ ਹੀ ਰੇਜੇ ਹਾ ਬਣਦੇ ਜਾਓਗੇ ਤੁਸੀਂ ਜਾਣਦੇ ਹੋ ਅਸੀਂ ਜਾਂ ਤੱਕ ਜੀਣਾ ਹੈ ਤਦ ਤੱਕ ਪੁਰਸ਼ਾਰਤ ਕਰਦੇ ਹੀ ਰਹਿਣਾ ਹੈ ਨਾਲ ਨਾਲ ਜਿਹੜਾ ਬਾਪ ਗਿਆਨ ਅੰਮ੍ਰਿਤ ਪਿਲਾਉਂਦੇ ਸਨ ਉਹ ਗਿਆਨ ਅੰਮ੍ਰਿਤ ਵੀ ਪਿੰਦੇ ਰਹਿਣਾ ਹੈ ਸ਼ਿਕਸ਼ਾ ਮਾਤਾ ਸਾਰਿਆਂ ਨੂੰ ਢੇਰ ਮਿਲਦੀਆਂ ਰਹਿੰਦੀਆਂ ਨੇ ਇਮਤਿਹਾਨ ਦੀ ਰਿਜ਼ਲਟ ਵੀ ਵਿਨਾਸ਼ ਦੇ ਲਈ ਸਮਾਂ ਹੀ ਨਿਕਲੇਗੀ ਇੱਕ ਤਰਫ ਰਿਜ਼ਲਟ ਨਿਕਲੇਗੀ ਦੂਜੀ ਤਰਫ ਵਿਨਾਸ਼ ਸ਼ੁਰੂ ਹੋਵੇਗਾ ਤਾਂ ਹੀ ਹਹਾਕਾਰ ਹੋਵੇਗੀ ਗੱਲ ਨਾ ਪੁੱਛੋ ਇੰਨਾ ਹਹਾਕਾਰ ਹੋਵੇਗਾ ਐਸ ਲਈ ਵਿਨਾਸ਼ ਤੋਂ ਪਹਿਲਾਂ ਲੜਾਈ ਹੋਣ ਤੋਂ ਪਹਿਲਾਂ ਤੁਸੀਂ ਤਿਆਰ ਹੋ ਜਾਓ ਸਮਝਾਣਾ ਚਾਹੀਦਾ ਹੈ ਬਾਕੀ ਔਰ ਕੋਈ ਸਮਝੇ ਨਾ ਸਮਝਣੇ ਉਹਨਾਂ ਤੇ ਉੱਤੇ ਹੈਗਾ ਤੁਸੀਂ ਇਹ ਵੀ ਜਾਣਦੇ ਹੋ ਹੁਣ ਸਾਡੀ ਰਾਜਧਾਨੀ ਸਥਾਪਨ ਹੋ ਰਹੀ ਹੈ ਤਾਂ ਸਾਰੀ ਸਫਾਈ ਵੀ ਜ਼ਰੂਰ ਹੋਣੀ ਹੈ ਤੁਸੀਂ ਪਾਵਨ ਬਣਦੇ ਰਹਿੰਦੇ ਹੋ ਉਹ ਸੰਪਤਿਤ ਸਭ ਪਤਿਤ ਖਲਾਸ ਹੋ ਜਾਣਗੇ ਹਿਸਾਬ ਕਿਤਾਬ ਚੁਕਤੋਂ ਕਰ ਸਭ ਵਾਪਸ ਚਲੇ ਜਾਣਗੇ ਇੱਕ ਵੀ ਪਤਿਤ ਨਹੀਂ ਰਹਿ ਸਕਦਾ ਤਾਂ ਆਖਾਂਗੇ ਪਾਵਨ ਦੁਨੀਆ ਤੁਸੀਂ ਇਸ ਸਮਾਹੋਂ ਪਾਵਨ ਪਰੰਤੂ ਸਾਰੀ ਦੁਨੀਆ ਤਾਂ ਪਾਵਨ ਨਹੀਂ ਹੈਗੀ ਇੱਕ ਵੀ ਪਤਿਤ ਨਾ ਰਵੇ ਤਾਂ ਆਖਾਂਗੇ ਪਾਵਨ ਦੁਨੀਆ ਤੁਸੀਂ ਇਸ ਸਮਾਹੋਂ ਪਾਵਨ ਪਰੰਤੂ ਸਾਰੀ ਦੁਨੀਆ ਤਾਂ ਪਾਵਨ ਨਹੀਂ ਹੈਗੀ ਜਦੋਂ ਵਿਨਾਸ਼ ਹੋਵੇਗਾ ਤਾਂ ਸਾਰੀ ਦੁਨੀਆ ਪਾਵਨ ਹੋਵੇਗੀ ਉਸ ਦੇ ਲਈ ਨਵੀਂ ਦੁਨੀਆ ਆਖਾਂਗੇ ਨਈ ਦੁਨੀਆ ਦਾ ਨਵਾਂ ਸੰਮਤ ਹੁਣ ਸ਼ੁਰੂ ਹੋਣ ਵਾਲਾ ਏ ਫਿਰ ਕੋਈ ਪੁੱਛੇ ਤੇ ਉਸ ਨੂੰ ਸਮਝਾਣਾ ਚਾਹੀਦਾ ਏ ਕਿ ਜਦੋਂ ਮਹਾਰਾਜਾ ਮਹਾਰਾਣੀ ਤਖਤ ਤੇ ਬਹਿਣਗੇ ਤਾਂ ਨਵਾਂ ਸੰਮਤ ਸ਼ੁਰੂ ਹੋਵੇਗਾ ਜਦੋਂ ਨਵਾਂ ਸੰਮਤ ਸ਼ੁਰੂ ਹੁੰਦਾ ਏ ਤਾਂ ਪੁਰਾਣਾ ਖਤਮ ਹੋ ਜਾਂਦਾ ਏ ਇੱਥੇ ਤਾਂ ਸੰਮਤ ਸ਼ੁਰੂ ਹੋਵੇਗਾ ਅਸੀਂ ਬ੍ਰਾਹਮਣ ਵੱਲ ਨਵੇਂ ਹਾਂ ਪਰੰਤੂ ਦੁਨੀਆ ਇੱਥੇ ਸਾਰੀ ਪ੍ਰਿਥਵੀ ਤਾਂ ਪੁਰਾਣੀ ਹੀ ਹੈਗੀ ਐ ਥੋੜੀ ਨਵੀਂ ਹੈਗੀ ਹੁਣ ਅਸੀਂ ਸੰਗਮ ਤੇ ਹਾਂ ਕਲਯੁਗ ਤੋਂ ਬਾਅਦ ਸਤਯੁਗ ਆਣਾ ਏ ਅਸੀਂ ਆਖਦੇ ਹਾਂ ਫਰਸਟ ਪ੍ਰਿੰਸ ਪ੍ਰਿੰਸੈਸ ਰਾਧੇ ਕ੍ਰਿਸ਼ਨ ਸਣ ਫੇਰ ਵੀ ਅਸੀਂ ਉਸ ਸਮਾਂ ਸਤਯੁਗ ਨਹੀਂ ਆਖਾਂਗੇ ਜਦ ਤੱਕ ਲక్ష్ਮੀ ਨਾਰਾਇਣ ਤਖਤ ਤੇ ਨਹੀਂ ਬਹਿੰਦੇ ਤਾਂ ਤੱਕ ਕੁਝ ਨਾ ਕੁਝ ਫਿਰ ਖਿਟਪਿਟ ਹੁੰਦੀ ਹੀ ਰਹਿੰਦੀ ਏ ਪਰ 라ਧੇ ਕ੍ਰਿਸ਼ਨ ਆ ਜਾਂਦੇ ਸਣ ਵੇਖੋ ਇਹ ਵਿਚਾਰ ਸਾਗਨ ਮੰਥਨ ਕਰਨ ਦੀਆਂ ਗੱਲਾਂ ਸਣ ਸਤਗੁਰੂ ਜਦੋਂ ਆਂਦੇ ਸਣ ਆਕੇ ਸਾਨੂੰ ਗਿਆਨ ਦੀ ਵਰषा ਸਾਡੇ ਤੇ ਕਰਦੇ ਸਨ ਤਾਂ ਅਸੀਂ ਪਾਵਨ ਬਣ ਜਾਂਦੇ ਹਾਂ ਸਤਿਯੁਗ ਜਦੋਂ ਸ਼ੁਰੂ ਹੁੰਦਾ ਏ ਤਾਂ ਹੀ ਨਵਾਂ ਸੰਮਤ ਸ਼ੁਰੂ ਹੁੰਦਾ ਏ ਸੂर्यवंशी ਡਾਇਨਸਟੀ ਨੂੰ ਨਵਾਂ ਸੰਮਤ ਆਖਦੇ ਸਨ ਪਰੰਤੂ ਪ੍ਰਿੰਸ ਪ੍ਰਿੰਸੈਸ ਦੇ ਨਾਂ ਤੇ ਸੰਮਤ ਕਦੇ ਵੀ ਨਹੀਂ ਹੁੰਦਾ ਵਾਕੀ ਵਿਚ ਦੇ ਸਮੇਂ ਵਿੱਚ ਆਣਾ ਜਾਣਾ ਤੇ ਹੁੰਦਾ ਹੀ ਰਹਿੰਦਾ ਏ 치치 ਮਨੁੱਖਾਂ ਨੂੰ ਵੀ ਜਾਣਾ ਏ ਕੁਝ ਨਾ ਕੁਝ ਬੱਚੇ ਹੋਏ ਤਾਂ ਰਹਿੰਦੇ ਹੀ ਸਨ ਜਿਹੜੇ ਵੀ ਬੱਚੇ ਹੋਏ ਹੋਣਗੇ ਉਹ ਵੀ ਵਾਪਸ ਜਾਣਗੇ ਟਾਈਮ ਲੱਗਦਾ ਹੈ ਇਹ ਕੌਣ ਸਮਝਾਂਦੇ ਸਨ ਗਿਆਨ ਸਾਗਰ ਵੀ ਸਮਝਾਂਦੇ ਸਨ ਤਾਂ ਬ੍ਰਹਮਪੁੱਤਰਾ ਗਿਆਨ ਨਦੀ ਵੀ ਹਸਣ ਦੋਵੇਂ ਇਕੱਠੇ ਸਮਝਾਂਦੇ ਸਨ ਉੱਥੇ ਕੁੰਭ ਦਾ ਮੇਲਾ ਤਾਂ ਵਰਸ਼ ਵਰਸ਼ ਲਗਾਉਂਦੇ ਸਨ ਐ ਕੁੰਭ ਦਾ ਮੇਲਾ ਸਾਗਰ ਅਤੇ ਗਿਆਨ ਨਦੀਆਂ ਦਾ ਮੇਲਾ ਤਾਂ ਸੰਗਮ ਯੁਗ ਤੇ ਹੀ ਹੁੰਦਾ ਏ ਤੁਸੀਂ ਬੱਚੇ ਆਖਦੇ ਹੋ ਅਸੀਂ ਜਾਣੇ ਹਾਂ ਮਾਤ ਪਿਤਾ ਅਤੇ ਗਿਆਨ ਸਾਗਰ ਅਤੇ ਵੱਡੀ ਨਦੀ ਦੇ ਕੋਲ ਬਾਬਾ ਸਾਨੂੰ ਇਸ ਵੱਡੀ ਨਦੀ ਅਤੇ ਇਨ ਨਦੀਆਂ ਦੁਆਰਾ ਵਰਸਾ ਦੇ ਰਹੇ ਸਨ ਅਰਥਾਤ ਸਾਨੂੰ ਹੀਰੇ ਜਿਹਾ ਬਣਾ ਰਹੇ ਸਨ ਮਨੁੱਖਤਾ ਸਮਝਦੇ ਸਨ ਸਵਰਗ ਸਨ ਫਿਰ ਸਵਰਗ ਆਵੇਗਾ ਇਸ ਸਮਾਂ ਤਾਂ ਸਾਰੀ ਦੁਨੀਆ ਨਰਕ ਵਿੱਚ ਹੀ ਇਨਾਂ ਦੀ ਆਯੂ ਦਾ ਵੀ ਕਿਸ ਨੂੰ ਪਤਾ ਨਹੀਂ ਹੈਗਾ ਸਾਰੇ ਕੋ ਰੰਦਿਆਰੇ ਵਿੱਚ ਸਨ ਕਲਪ ਦੀ ਆਯੋਦਾਵੀ ਕਿਸ ਨੂੰ ਪਤਾ ਨਹੀਂ ਆਖਦੇ ਵੀ ਸਨ ਇਹ ਜਿਹੜਾ ਡਰਾਮਾ ਸਨ ਫਿਰ ਫਿਰਦਾ ਹੀ ਰਹੇ ਰਹੇਗਾ ਪਰੰਤੂ ਆਯੋਦਾ ਪਤਾ ਨਾ ਹੋਣ ਕਾਰਨ ਕੁਝ ਵੀ ਸਮਝਦੇ ਨਹੀਂ ਸਨ ਬ੍ਰਹਮਾ ਦੇ ਮੁਖ ਦੁਆਰਾ ਬਾਪ ਬੈ ਸਾਰੇ ਵਿਦਾ ਸ਼ਾਸਤਰਾਂ ਦਾ ਸਮਜਾਸਾਰ ਸਮਝਾ ਰਹੇ ਸਨ ਤਾਂ ਉਹਨਾਂ ਨੂੰ ਫਿਰ ਬ੍ਰਹਮਾ ਦੇ ਹੱਥ ਤੇ ਸ਼ਾਸਤਰ ਵਿਦਿਏ ਦਿੱਤੇ ਨੇ ਉਹ ਵੀ ਸਾਰੇ ਸ਼ਾਸਤਰ ਹੱਥ ਵਿੱਚ ਥੋੜੇ ਹੀ ਪਕੜ ਕੇ ਰੱਖਣਗੇ ब्रह्मा ਦੁਆਰਾ ਕੋਈ ਸਾਰੇ ਸ਼ਾਸਤਰ ਦਾ ਸਾਰ ਸਿਰਫ ਹੁਣ ਸੁਣਾਉਂਦੇ ਸਨ ਜਾਣਦੇ ਸਨ ਸਭ ਭਗਤੀ ਮਾਰਗ ਦੀਆਂ ਗੱਲਾਂ ਨੇ ਇਹ ਤਾਂ ਪੜਦੇ ਹੀ ਆਏ ਨੇ ਕਦੋਂ ਤੋਂ ਪੜਦੇ ਆਏ ਕੁਝ ਵੀ ਜਾਣਦੇ ਨਹੀਂ ਸਿਰਫ ਆਖ ਦਿੰਦੇ ਸਨ ਅਨਾਦੀ ਇਹ ਵੇਦ ਵਿਆਸ ਜੀ ਨੇ ਰਚਿਆ ਇਹ ਵੇਦਾਂ ਨੂੰ ਸਭ ਤੋਂ ਉੱਚਾ ਮੰਨਦੇ ਨੇ ਪਰੰਤੂ ਲਿਖਿਆ ਹੋਇਆ ਵੀ ਸਨ ਵੇਦ ਸ਼ਾਸਤਰਾ ਦੀ ਸਭ ਗੀਤਾ ਦੀ ਰਚਨਾ ਸਨ ਤੁਸੀਂ ਬੱਚੇ ਜਾਣਦੇ ਹੋ ਇਹ ਵੇਦ ਸ਼ਾਸਤਰਾ ਦੀ ਫਿਰ ਵੀ ਬਣਨਗੇ ਫਿਰ ਉਹ ਹੀ ਉਹ ਨਾਮ ਰੱਖਣਗੇ ਹੁਣ ਤੁਸੀਂ ਜਾਣਦੇ ਹੋ ਅਸੀਂ ਫਿਰ ਪੂਜੇ ਬਣ ਰਹੇ ਸਨ ਫਿਰ ਪੁਜਾਰੀ ਬਣਾਂਗੇ ਤਾਂ ਮੰਦਿਰ ਆਦ ਵੀ ਬਣਾਣਗੇ ਰਾਜਾ ਰਾਣੀ ਬਣਾਣਗੇ ਤਾਂ ਪ੍ਰਜਾ ਵੀਤਾ ਬਣਾਣਗੇ ਭਗਤੀ ਮਾਰਗ ਸ਼ੁਰੂ ਹੋਣ ਤੋਂ ਫਿਰ ਸਭ ਮੰਦਿਰ ਬਣਾਣ ਲੱਗਦੇ ਨੇ ਘਰ ਘਰ ਵੀ ਬਣਾਣਗੇ ਲక్ష్ਮੀ ਨਾਰਾਇਣ ਦੀ ਰਾਜਧਾਨੀ ਵਿੱਚ ਰਾਧੇ ਕ੍ਰਿਸ਼ਨ ਦਾ ਮੰਦਿਰ ਬਣ ਨਹੀਂ ਸਕਦਾ ਮੰਦਿਰ ਤਾਂ ਭਗਤੀ ਮਾਰਗ ਵਿੱਚ ਬਣਦੇ ਸਨ ਜਿਵੇਂ ਜਿਵੇਂ ਗਿਰਦੇ ਰਹਿੰਦੇ ਸਨ ਓਵੇਂ ਓਵੇਂ ਮੰਦਿਰ ਬਣਾਉਂਦੇ ਜਾਂਦੇ ਸਨ ਸੂਰਜ ਵੰਸ਼ੀ ਅਤੇ ਚੰਦਰ ਵੰਸ਼ੀਆਂ ਦੀ ਜੋ ਪ੍ਰਾਪਰਟੀ ਹੋਵੇਗੀ ਉਹ ਵੈਸ਼ਯ ਵੰਸ਼ੀ ਫਿਰ ਸ਼ੁੱਧਰ ਵੰਸ਼ੀਆਂ ਨੂੰ ਮਿਲਦੀ ਏ ਨਹੀਂ ਤਾਂ ਰਾਜਾਈ ਕਿੱਥੋਂ ਆਈ ਪ੍ਰਾਪਰਟੀ ਤਾਂ ਚਲੀ ਹੀ ਆਂਦੀ ਏ ਵੱਡੇ ਵੱਡੇ ਜਿਹੜੀ ਪ੍ਰੋਪਰਟੀ ਸਨ ਉਹ ਛੋਟੀ ਛੋਟੀ ਹੁੰਦੀ ਫਿਰ ਆਖਰ ਨੂੰ ਹੁਣ ਕੁਝ ਵੀ ਨਹੀਂ ਰਹਾ ਆਪਸ ਵਿੱਚ ਵੰਡਦੇ ਜਾਂਦੇ ਸਨ ਤਾਂ ਬੱਚਿਆਂ ਨੂੰ ਹੁਣ ਸਮਝ ਆ ਗਿਆ ਹੈ ਕਿਵੇਂ ਅਸੀਂ ਪੁੱਜੇ ਬਣਦੇ ਸਨ ਕਿੰਨਾ ਸਮਾਂ ਬਣਦੇ ਹਾਂ ਫਿਰ ਕਿਵੇਂ ਪੁਜਾਰੀ ਬਣਦੇ ਹਾਂ ਹੁਣ ਸਮਝ ਗਏ ਹਾਂ ਨਾ ਪਰਮ ਪਿਤਾ ਪਰਮਾਤਮਾ ਦਾ ਨਾ ਰੂਪ ਦੇਸ਼ ਕਾਲ ਅਤੇ ਉਹਨਾਂ ਦਾ 파ਟ ਕੀ ਹੈਗਾ ਭਗਤੀ ਮਾਰਗ ਵਿੱਚ ਵੀ ਭਗਤਾਂ ਨੂੰ ਸ਼ੁੱਧ ਭਾਵਨਾ ਬਾਪ ਦੀ ਪੂਰੀ ਕਰਦੇ ਸਨ ਅਸ਼ੁੱਧ ਭਾਵਨਾ ਰਾਵਣ ਪੂਰੀ ਕਰਦੇ ਸਨ ਹੁਣ ਤੁਹਾਨੂੰ ਗਿਆਨ ਸਾਗਰ ਨੇ ਸਾਰਾ ਗਿਆਨ ਤੁਹਾਡੇ ਬੁੱਧੀ ਵਿੱਚ ਬਿਠਾਇਆ ਹੈ ਸਭ ਤਾਂ ਇਹ ਗੱਲਾਂ ਨਹੀਂ ਸਮਝਣਗੇ ਜਿਹੜੇ ਕਲਪ ਪਹਿਲੇ ਵਾਲੇ ਸਨ ਉਹੀ ਹੋ ਨਿਕਲਦੇ ਰਹਿਣਗੇ ਅੱਛਾ ਮਿੱਠੇ ਮਿੱਠੇ ਸਿੱਕੇ ਲਦੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਜੀ ਦਾ ਯਾਦ ਪਿਆਰ ਅਤੇ ਗੁੱਡ ਮਾਰਨਿੰਗ ਰੋਹਾਨੀ ਬਾਪ ਦੀ ਰੋਹਾਨੀ ਬੱਚਿਆਂ ਨੂੰ ਨਮਸਤੇ ਰੋਹਾਨੀ ਬੱਚਿਆਂ ਦੀ ਰੋਹਾਨੀ ਬਾਪ ਦਾਦਾ ਜੀ ਨੂੰ ਦਿਲ ਅਤੇ ਜਾਨ ਸਿੱਖ ਅਤੇ ਪ੍ਰੇਮ ਨਾਲ ਨਮਸਤੇ 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 ਜੀ ਤਾਂ ਨਾ ਦੇ ਲਈ ਮੁੱਖ ਸਾਰੇ ਜਉ ਤੱਕ ਜੀਣਾ ਹੈ ਪੁਰਸ਼ਾਰਥ ਕਰਦੇ ਹੀ ਰਹਿਣਾ ਹੈ ਬਾਪ ਦੀ ਸਿੱਖਿਆਵਾਂ ਨੂੰ ਅਮਲ ਵਿੱਚ ਲਿਆਣਾ ਹੈ ਬਾਪ ਸਮਾਨ ਮਾਸਟਰ ਗਿਆਨ ਦਾ ਸਾਗਰ ਬਣਨਾ ਹੈ ਰੁਵਾਨੀ ਪੰਡਾ ਬਣ ਸਾਰਿਆਂ ਨੂੰ ਸੱਚੀ ਯਾਤਰਾ ਕਰਾਣੀ ਏ ਈਰੇ ਜਿਹਾ ਬਣਨਾ ਅਤੇ ਬਣਾਣਾ ਏ ਅੱਜ ਦਾ ਵਰਦਾਨ ਹੈਗਾ ਸ੍ਰੇਸ਼ਟ ਅਤੇ ਸ਼ੁੱਧ ਵ੍ਰਿਤੀ ਨਾਲ ਬਾਣੀ ਨੂੰ ਅਤੇ ਕਰਮ ਨੂੰ ਸ੍ਰੇਸ਼ਟ ਬਣਾਉਣ ਵਾਲੇ ਵਿਸ਼ਵ ਪਰਿਵਰਤਕ ਭਵ ਸ੍ਰੇਸ਼ਟ ਅਤੇ ਸ਼ੁਭ ਵ੍ਰਿਤੀ ਨਾਲ ਬਾਣੀ ਅਤੇ ਕਰਮ ਨੂੰ ਸ੍ਰੇਸ਼ਟ ਬਣਾਉਣ ਵਾਲੇ ਵਿਸ਼ਵ ਪਰਿਵਰਤਕ ਭਵ ਜਿਹੜੇ ਬੱਚੇ ਆਪਣੀ ਕਮਜ਼ੋਰ ਵ੍ਰਤੀਆਂ ਨੂੰ ਕਢਾਲ ਕੇ ਸ਼ੁੱਧ ਅਤੇ ਸ੍ਰੇਸ਼ਟ ਵ੍ਰਤੀ ਧਾਰਨ ਕਰਨ ਦਾ ਵਰਤ ਲੈਂਦੇ ਸਨ ਉਹਨਾਂ ਨੂੰ ਐਸ ਰਸਤੀ ਵੀ ਸ੍ਰੇਸ਼ਟ ਨਜ਼ਰ ਆਂਦੀ ਏ ਵ੍ਰਤੀ ਤੋਂ ਦ੍ਰਿਸ਼ਟੀ ਅਤੇ ਕ੍ਰਿਤੀ ਦਾ ਵੀ ਕਨੈਕਸ਼ਨ ਹੁੰਦਾ ਏ ਕਿਹੜੀ ਵੀ ਚੰਗੀ ਜਾਂ ਬੁਰੀ ਗੱਲ ਹੋਵੇ ਪਹਿਲਾਂ ਵ੍ਰਤੀ ਧਾਰਨ ਕਰਦੀ ਏ ਫਿਰ ਬਾਣੀ ਵਿੱਚ ਫਿਰ ਕਰਮ ਵਿੱਚ ਲਿਆਉਂਦੇ ਹਾਂ ਵ੍ਰਿਤੀ ਜੇਕਰ ਸ੍ਰੇਸ਼ਟ ਹੋਵੇਗੀ ਤਾਂ ਬਾਣੀ ਅਤੇ ਕਰਮ ਵੀ ਆਪੇ ਹੀ ਸ੍ਰੇਸ਼ਟ ਬਣ ਜਾਣਗੇ। ਵ੍ਰਿਤੀ ਵਿੱਚ ਵਾਈਬ੍ਰੇਸ਼ਨ ਵਾਯੂ ਮੰਡਲ ਬਣਦਾ ਏ। ਸ੍ਰੇਸ਼ਟ ਵ੍ਰਿਤੀ ਵ੍ਰਤ ਤਾਰਣ ਕਰਨ ਵਾਲੇ ਹੀ ਵਿਸ਼ੂਵ ਪਰਿਵਰਤਕ ਆਪੇ ਹੀ ਬਣ ਜਾਂਦੇ ਸਨ। ਅੱਜ ਦਾ ਸਲੋਗਨ ਹੈਗਾ ਵਿਦੇਹੀ ਅਤੇ ਅਸ਼ਰੀਰੀ ਬਣਨ ਦਾ ਅਭਿਆਸ ਕਰਦੇ ਰਹੋ ਤਾਂ ਕਿਸੇ ਦੇਵੀ ਮਨ ਦੇ ਭਾਵ ਨੂੰ ਜਾਣ ਲੋਗੇ। ਵਿਦੇਹੀ ਅਤੇ ਅਸ਼ਰੀਰੀ ਬਣਨ ਦਾ ਅਭਿਆਸ ਕਰੋ ਤਾਂ ਕਿਸੇ ਦੇ ਵੀ ਮਨ ਦੇ ਭਾਵਾਂ ਨੂੰ ਜਾਣ ਲਓਗੇ ਓਮ ਸ਼ਾਂਤੀ